ਇੱਥੇ ਮਸਲਾ ਹੋਇਆ ਤੁਹਾਨੂੰ ਯਾਦ ਹੋਣਾ ਪਿੱਛੇ ਜਿਹੜਾ ਸਾਡਾ ਕਿਸਾਨੀ ਸੰਘਰਸ਼ ਸੀਗਾ ਅਤੇ ਉਦੋਂ ਜਦੋਂ 26 ਜਨਵਰੀ ਦੇ ਵਿੱਚ ਵੇਲੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਏ ਗਏ ਸੀਗੇ ਅਤੇ ਜਿਹੜੇ ਨੌਜਵਾਨਾਂ ਨੇ ਅੱਗੇ ਹੋ ਕੇ ਸ਼ਮੂਲੀਅਤ ਕੀਤੀ ਸੀ ਅਗਵਾਈ ਕੀਤੀ ਸੀ ਅਤੇ ਉਹਨਾਂ ਨੂੰ ਅਗਲੇ ਦਿਨ ਰਜਿੰਦਰ ਸਿੰਘ ਕਾਮਰੇਟ ਜਿਹਨੂੰ ਰਜਿੰਦਰ ਟਾਊਟ ਕਰਕੇ ਜਾਣਿਆ ਜਾਂਦਾ ਉਸ ਬੰਦੇ ਨੇ ਬਹੁਤ ਘਟੀਆ ਦਰਜੇ ਦੀ ਸ਼ਬਦਾਵਲੀ ਵਰਤੀ ਸੀ ਕਿਸਾਨੀ ਸੰਘਰਸ਼ ਦੇ ਸਟੇਜ ਦੇ ਉੱਤੋਂ ਪਵਿੱਤਰ ਸਟੇਜ ਦੇ ਉੱਤੋਂ ਰਜਿੰਦਰ ਸਿੰਘ ਕੌਣ ਆ ਜੀ ਪਰ ਇਹ ਕੋਈ ਕਿਰਤੀ ਕਿਸਾਨ ਯੂਨੀਅਨ ਦਾ ਕੋਈ ਹੈਗਾ ਜੀ ਕੋਈ ਪ੍ਰਧਾਨ ਜਾਂ ਮੀਤ ਪ੍ਰਧਾਨ ਕੁਛ ਇਹੋ ਜੀ ਕੋਈ ਹੈਗਾ ਬੰਦਾ ਇਹ ਅਤੇ ਇਹਨੇ ਬਹੁਤ ਗੰਦੀ ਭਾਸ਼ਾ ਵਰਤੀ ਸੀ ਅਸੀਂ ਉਹਦੇ ਸਪਸ਼ਟੀਕਰਨ ਵਾਸਤੇ ਇਹਦੇ ਕੋਲ ਆਏ ਸੀ ਵੀ ਜਿਹੜਾ ਕਿਸਾਨੀ ਸੰਘਰਸ਼ ਸੀਗਾ ਉਹ ਸਮੂਹ ਕਿਸਾਨਾਂ ਦਾ ਸਾਂਝਾ ਸੰਘਰਸ਼ ਸੀਗਾ ਪਰ ਉਹਦੇ ਵਿੱਚ ਹਰ ਧਰਮ ਨੇ ਹਿੱਸਾ ਲਿਆ ਪਰ ਸਾਡੇ ਹੀ ਧਰਮ ਨੂੰ ਇਹਨਾਂ ਨੇ ਕਿਉਂ ਟਾਰਗੇਟ ਕੀਤਾ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ ਸਾਨੂੰ ਇੱਥੋਂ ਤੱਕ ਕਹਿਤਾ ਵੀ ਨਿਹੰਗ ਸਿੰਘ ਆਪਦੇ ਬਾਣੇ ਛੱਡ ਕੇ ਘਰੇ ਆਉਣ ਆਪਦੇ ਅਸ਼ਤਰ ਸ਼ਾਸਤਰ ਘਰੇ ਰੱਖੋ ਨਿਸ਼ਾਨ ਸਾਹਿਬ ਘਰੇ ਸਭ ਕਹਿੰਦੇ ਇੱਥੋਂ ਤੱਕ ਵੀ ਇਹਨਾਂ ਨੇ ਇੱਕ ਆਗੂ ਨੇ ਕਹਿਤਾ ਸੀਗਾ ਵੀ ਤੁਸੀਂ ਆਪਦੀ ਸਿੱਖੀ ਆਪਦੇ ਘਰੇ ਛੱਡ ਕੇ ਜੇ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਤਾਂ ਅਸੀਂ ਉਹਨੂੰ ਇਹ ਪੁੱਛਣ ਲਈ ਅੱਜ ਇਕੱਠੇ ਹੋਏ ਸੀਗੇ ਬਈ ਤੂੰ ਆਂਦਾ ਸੀਗਾ ਬਈ ਨਿਸ਼ਾਨ ਸਾਹਿਬ ਚੜ੍ਹਾਉਣ ਵਾਲੇ ਦੱਲੇ ਆ ਉਹ ਗੌਰਮੈਂਟ ਦੇ ਕੋਲ ਵਿਕੇ ਆ ਕਿੰਨੇ ਕਿੰਨੇ ਪੈਸੇ ਇਹਨਾਂ ਨੂੰ ਵੰਡੇ ਵੇ ਆਏ ਇੱਥੇ ਇਹਨਾਂ ਨੇ ਲੱਖੇ ਸਿਧਾਣੇ ਤੋਂ ਦੀਪ ਬਾਈ ਨੂੰ ਖਾਸ ਕਰਕੇ ਟਾਰਗੇਟ ਕੀਤਾ ਸੀਗਾ ਅਸੀਂ ਉਹਨੂੰ ਇਹ ਪੁੱਛਣ ਵਾਸਤੇ ਆਏ ਸੀ ਵੀ ਉਹਦੇ ਕੋਲ ਕੀ ਪ੍ਰੂਫ ਆ ਕਿਹੜੇ ਸਬੂਤਾਂ ਦੇ ਆਧਾਰ 'ਤੇ ਉਹਨੇ ਉਹਨਾਂ ਨੂੰ ਦੱਲੇ ਕਿਹਾ ਅਤੇ ਜੇਕਰ ਉਹਨੇ ਉਸ ਦਿਨ ਨਿਸ਼ਾਨ ਸਾਹਿਬ ਚੜ੍ਹਨ ਦੀ ਪ੍ਰਕਿਰਿਆ ਨੂੰ ਨਾਲ ਉਹਨੂੰ ਕੋਈ ਠੇਸ ਪਹੁੰਚੀ ਸੀ ਅਤੇ ਅੱਜ ਉਹ ਆਪਦੀ ਯੂਨੀਅਨ ਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਭਗੌੜੀ ਹੈ ਉਹਦਾ ਵਿਰੋਧ ਕਰਨ ਵਾਲੇ ਬੰਦੇ ਅੱਜ ਉਸੇ ਗੁਰੂ ਘਰ ਦੇ ਵਿੱਚ ਆਪਦਾ ਪ੍ਰੋਗਰਾਮ ਕਿਵੇਂ ਰੱਖ ਰਹੇ ਸੀ? ਅੱਜ ਇਹਦਾ ਕੀ ਪ੍ਰੋਗਰਾਮ ਸੀ ਇੱਥੇ? ਅੱਜ ਕੋਈ ਉਹ ਇਕਾਈ ਕੋਈ ਕਰਕੇ ਇਹ ਲੋਕਾਂ ਨੂੰ ਹੀ ਬਸ ਜਿਵੇਂ ਭੇਡਾਂ ਚਾਰਦੇ ਆ ਭੇਡਾਂ ਚਾਰ ਨਹੀਂ ਆ ਰਿਹਾ ਸੀਗਾ ਉਹ ਕੋਈ ਮਾੜੇ ਮੋਟੇ ਨਿੱਕੇ ਮੋਟੇ ਮੁੱਦੇ ਜੇ ਇਕੱਠੇ ਕਰ ਲੈਂਦੇ ਆ ਅਤੇ ਕੋਈ ਮਾੜਾ ਮੋਟਾ ਫੰਡ ਹੁੰਦਾ ਜਿਹੜਾ ਇਹ ਇਕੱਠਾ ਕਰਨ ਦਾ ਬਹਾਨਾ ਜਿਹਾ ਬਣਾ ਲੈਂਦੇ ਆ ਹੋਰ ਤਾਂ ਇੱਥੇ ਕੀ ਕਰਨ ਆਉਣਾ ਸੀਗਾ ਜੀ? ਕਿਸਾਨ ਯੂਨੀਅਨ ਵੱਲੋਂ ਕੋਈ ਇਤਰਾਜ਼ ਹੋਈ ਗੱਲ ਵੀ ਕਹੀ ਗਈ ਹੈ? ਬਿਲਕੁਲ ਜੀ ਬਿਲਕੁਲ, ਜਦੋਂ ਹੁਣ ਇੱਥੇ ਸਾਡਾ ਕੋਈ ਕੰਪਰੋਮਾਈਜ਼ ਹੋ ਰਿਹਾ ਸੀ ਸਾਨੂੰ ਪ੍ਰਸ਼ਾਸਨ ਸੀਗਾ ਇਹਨਾਂ ਨੇ ਇਹ ਗੱਲ ਆਖੀ ਸੀਗੀ ਬਈ ਅਸੀਂ ਜੇ ਰਜਿੰਦਰ ਟਾਊਟ ਅਸੀਂ ਇਹਨਾਂ ਨੇ ਇੱਕ ਗੱਲ ਹੋਰ ਰੱਖੀ ਸੀ ਜੀ ਅਸੀਂ ਆਖਿਆ ਵੀ ਜਿਹੜੇ ਪਿੰਡ 'ਚ ਪ੍ਰੋਗਰਾਮ ਕਰਨਾ ਕਿਸੇ ਦੇ ਘਰੇ ਆਉਣਾ ਆ ਜੇ ਪਰ ਜਿੰਨਾ ਚਿਰ ਇਹ ਬੰਦਾ ਜਨਤਕ ਤੌਰ ਦੇ ਉੱਤੇ 27 ਜਨਵਰੀ ਨੂੰ ਜਿਹੜੀ ਇਹਨੇ ਸਪੀਚ ਦਿੱਤੀ ਸੀ ਜੇ ਉਹਦੇ ਉੱਤੇ ਸਪਸ਼ਟੀਕਰਨ ਨਹੀਂ ਦਿੰਦਾ ਤਾਂ ਮਾਫੀ ਨਹੀਂ ਮੰਗਦਾ ਗੁਰੂ ਘਰ ਤੱਕ ਇਹਨੂੰ ਅਸੀਂ ਪਿੰਡ ਦੇ ਕਿਸੇ ਕੋਨੇ 'ਚ ਵੀ ਨਹੀਂ ਆਉਣ ਦੇਵਾਂਗੇ ਹਾਂ ਘਰੇ ਜਿਹਦੇ ਮਰਜ਼ੀ ਤੁਰਿਆ ਫਿਰੇ ਉੱਥੇ ਜਦੋਂ ਇਹ ਗੱਲਬਾਤ ਚੱਲ ਰਹੀ ਸੀ ਤਾਂ ਸਾਡੇ ਪਿੰਡ ਦੇ ਰਾਜਵੀਰ ਸਿੰਘ ਬਰਾੜ ਨੇ ਉੱਥੇ ਗੱਲ ਕਹੀ ਆ ਬਈ ਤੁਸੀਂ ਕਾਰਲ ਮਾਰਕਸ ਨੂੰ ਬਲਾਤਕਾਰੀ ਕਹਿੰਦੇ ਹੋ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹਦੇ ਆਪਦੇ ਰਿਸ਼ਤੇਦਾਰਾਂ ਗਾਂਹ ਦੀ ਗਾਂਹ ਕੀ ਕੁਛ ਸੀਗਾ ਹੈ ਨਾ ਵੀ ਕਿੱਦਾਂ ਦੇ ਸੰਬੰਧ ਸੀ ਉਹਦੇ ਇਹ ਕਹਿੰਦੇ ਵੀ ਤੁਸੀਂ ਉਹਨੂੰ ਇਹ ਗੱਲ ਕਹਿ ਰਹੇ ਹੋ ਪਰ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਵੀ ਗੁਰੂ ਘਰਾਂ ਦੇ ਵਿੱਚ ਵੀ ਕਿਰਪਾਨਾ ਪਾ ਕੇ ਬਲਾਤਕਾਰ ਹੁੰਦੇ ਆ ਇੱਥੋਂ ਤੱਕ ਇਹਨਾਂ ਨੇ ਗੱਲ ਕਹੀ ਸਿਰਫ ਇੱਕ ਵਕਾਊ ਬੰਦੇ ਨੂੰ ਇੱਕ ਸਰਕਾਰੀ ਬੰਦੇ ਨੂੰ ਇੱਕ ਟਾਊਟ ਬੰਦੇ ਨੂੰ ਇੱਕ ਕਲੀਨ ਚਿੱਟ ਦੇਣ ਵਾਸਤੇ ਮੇਰੇ ਪਿੰਡ ਦੇ ਨੌਜਵਾਨ ਨੇ ਇੱਥੋਂ ਤੱਕ ਗੱਲ ਕਹਿਤੀ ਵੀ ਗੁਰੂ ਘਰਾਂ ਦੇ ਉੱਤੇ ਵੀ ਉਹਦੇ ਚੱਕ ਕੇ ਉਂਗਲ ਉਠਾਤੀ ਅਤੇ ਹਜੇ ਤੱਕ ਉਹਨੇ ਕੋਈ ਮਾਫੀ ਨਹੀਂ ਮੰਗੀ ਸਾਡੇ ਸਿੰਘ ਬੈਠੇ ਆ ਅਸੀਂ ਲਿਖਤੀ ਰੂਪ 'ਚ ਉਹ ਤੋਂ ਮਾਫੀ ਮੰਗਦੇ ਹਾਂ ਜੇ ਨਹੀਂ ਉਹ ਬੰਦਾ ਮਾਫੀ ਮੰਗਦਾ ਅਸੀਂ ਪ੍ਰੂਫ ਪੇਸ਼ ਕਰਾਂਗੇ ਅਤੇ ਅਸੀਂ ਕਾਨੂੰਨੀ ਕਾਰਵਾਈ ਵੀ ਮੰਗ ਕਰਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਪਹੁੰਚਾਈ ਗਈ ਹੈ ਹੁਣ ਸਾਡਾ ਇਹ ਨਿਬੜਿਆ ਜੀ ਉਹ ਸ਼ਾਇਦ ਜੇ ਰਜਿੰਦਰ ਨੇ ਆਉਣਾ ਹੋਇਆ ਕਿਸੇ ਦੇ ਘਰੇ ਤੁਰਿਆ ਫਿਰੇ ਸਾਡਾ ਕੋਈ ਲੈਣ ਦੇ ਨਹੀਂ ਗਏ ਕਿਉਂਕਿ ਅਗਲਾ ਆਪਦੇ ਨਿੱਜੀ ਘਰੇ ਸਾਦਾ ਸਾਡਾ ਕੋਈ ਸਾਨੂੰ ਟੈਨਸ਼ਨ ਨਹੀਂ ਕਿ ਗੁਰੂ ਘਰ ਦੇ ਵਿੱਚ ਅਸੀਂ ਅੱਜ ਇਹਨਾਂ ਕਮੇਟੀ ਵਾਲਿਆਂ ਸਾਡੇ ਸਿੰਘਾਂ ਨੂੰ ਵੀ ਕਹਿਤਾ ਅਤੇ ਪੰਚਾਇਤ ਨੂੰ ਵੀ ਕਹਿਤਾ ਵੀ ਮਤੇ ਪਾਏ ਜਾਣ ਇਹ ਜਿਹੜੇ ਕਾਮਰੇਟੀ ਵਿਚਾਰਧਾਰਾ ਵਾਲੇ ਹੈਗੇ ਆ ਇਹਨਾਂ ਦਾ ਗੁਰੂ ਘਰ ਨਾਲ ਕੋਈ ਲੈਣ ਦੇਣ ਨਹੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਇਹ ਭਗੌੜੇ ਆ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੋਊਗਾ ਪਰ ਨਾਲ ਇੱਕ ਗੱਲ ਇਹ ਆ ਜੇ ਰਜਿੰਦਰ ਕਾਮਰੇਟ ਕੱਲ੍ਹ ਨੂੰ ਸਾਡੇ ਪਿੰਡ ਦੀ ਹਦੂਦ ਦੇ ਵਿੱਚ ਕਿਸੇ ਸਾਂਝੇ ਜਗ੍ਹਾ ਦੇ ਉੱਤੇ ਆਉਂਦਾ ਤਾਂ ਅਸੀਂ ਜੋ ਸਾਡੇ ਤੋਂ ਸਰਿਆ ਅਸੀਂ ਉਸੇ ਤਰ੍ਹਾਂ ਨਾਲ ਵਿਰੋਧ ਕਰਾਂਗੇ ਉਹਦੀ ਐਂਟਰੀ ਬਿਲਕੁਲ ਬਹਿਣਾ ਹਾਂ ਜੇ ਕੋਈ ਅਤੇ ਘਰੇ ਸਾਦਾ ਸੱਦੀ ਜਾਵੇ ਸਾਡਾ ਕੋਈ ਲੈਣ ਦੇ ਨਹੀਂਗਾ ਪਰ ਨਾਲ ਜਿਹੜੇ ਮੁੰਡੇ ਨੇ ਇੱਥੇ ਗੱਲ ਕਹੀ ਹੈ ਬਈ ਗੁਰੂ ਘਰਾਂ ਦੇ ਵਿੱਚ ਕਿਰਪਾਨਾ ਪਾ ਕੇ ਬਲਾਤਕਾਰ ਕੀਤੇ ਜਾਂਦੇ ਆ ਉਹ ਬੰਦਾ ਜਨਤਕ ਤੌਰ ਦੇ ਉੱਤੇ ਆ ਕੇ ਆਪਦੀ ਮਾਫੀ ਮੰਗੇ ਅਤੇ ਉਹਦੇ ਨਾਲ ਉਹਨੂੰ ਚਲੋ ਪਿੰਡ ਦਾ ਹੋਣ ਕਰਕੇ ਉਹਨੂੰ ਕਿਤੇ ਨਾ ਕਿਤੇ ਜਾ ਕੇ ਵੀ ਕੋਈ ਰਾਇਤ ਮਾੜੀ ਮੋਟੀ ਮਿਲ ਸਕਦੀ ਆ ਨਹੀਂ ਅਸੀਂ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਕੋਲ ਕੰਪਲੇਂਟ ਦੇਵਾਂਗੇ ਅੱਜ ਉਹਨੂੰ ਅਸੀਂ ਕੁਛ ਟਾਈਮ ਦਾ ਅਲਟੀਮੇਟਮ ਦਿੱਤਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਸਾਡੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ 'ਚ ਹਰ ਸਾਲ ਜਿਹੜੀ ਮੈਂਬਰਸ਼ਿਪ ਕਰਕੇ ਇਕਾਈ ਦੀ ਚੋਣ ਕਰਦੇ ਹਾਂ ਔਰ ਇਸੇ ਤਹਿਤ ਹੀ ਅੱਜ ਅਸੀਂ ਹਰੀ ਨੌ ਦੇ ਵਿੱਚ ਜਿਹੜੀ ਇਕਾਈ ਦੀ ਉਹ ਚੋਣ ਕੀਤੀ ਹੈਗੀ ਆ ਪਹਿਲਾਂ ਮੈਂਬਰਸ਼ਿਪ ਕੀਤੀ ਹੈ ਪਿੰਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜੀ ਹੈਗੀ ਆ ਇਕਾਈ ਦੀ ਚੋਣ ਅੱਜ ਕੀਤੀ ਸੀ ਔਰ ਇਕਾਈ ਦੀ ਚੋਣ ਹੀ ਅਸੀਂ ਜਿਹੜਾ ਹੈ ਕਰਨ ਆਏ ਸੀਗੇ ਕਿਉਂਕਿ ਚਾਰ ਜਿਹੜੇ ਮਸਲਿਆਂ 'ਤੇ ਅਸੀਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਵਿੱਢਣਾ ਹੈਗਾ ਇੱਕ ਤਾਂ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਬਾਂਹ ਮਰੋੜ ਕੇ ਕਿਹਾ ਵੀ ਸਮਾਰਟ ਮੀਟਰ ਲਾਏ ਜਾਣ
यानी कि पंजाब का जिहड़ा पेंडू मजदूर और पंजाब जिहड़ा किसान जिहड़ा मोटर ते बिजली की सहूलत मान रहा सबसिडी वाली वह इन्नी महंगी बिजली जिहड़ी नहीं माल सकदा गा। पंजाब की किसानी जिहड़ी हैगी आ बहुत ही पहले ही करजाई आ। पंजाब का पेंडू मजदूर पहले जिहड़ा मंदी हाल दे विच आ। इस करके एक तां वी पिंडां 'च स्मार्ट मीटर नहीं लगन देने वो असी पिंड पिंड सुनेहा जिहड़ा हैगा वह दे रहे हैगे आ। और दूसरा जिहड़ा लगातार केंद्र सरकार सूबियां दे अधिकार खो रही आ पंजाब दे विच जिवें चंडीगढ़ दे उपर जिहड़ा पंजाब दा अधिकार हैगा भी वह जिहड़ा हैगा लगातार खोया जा रहा हैगा। पंजाब दी ओह राजधानी हैगी आ और उत्थे जिहड़े केंद्र दे सर्विस रूल लागू कीते जा रहे एक तां असीं उहदा जिहड़ा विरोध करदे आ। इसे तरह डैम सेफ्टी एक्ट लिया के पूरे मुल्क दे जिहड़े पाणी हैगे पाणी जिहड़े सूबियां दा अधिकार आ केंद्र सरकार नूं जिहड़ा हैगा कंट्रोल करना चाहुंदी हैगी आ तां असीं उस दे खिलाफ़ भी डैम सेफ्टी एक्ट जिहड़ा हैगा वो रद्द किया जाए। और चौथी मंग कि 8 अप्रैल असी जिहड़ा हैगा पूरे पंजाब दे विच जिहड़े सियासी कैदी हैगे आ वो भावें किसी भी विचारधारा दे हैगे आ उन्हां दी रिहाई दे वास्ते उहदे विच बहुत सारे जे एन यू दे विद्यार्थी आ आनंद ते अनल जिहड़े आनंद तेल तुंबड़े वर्गे जिहड़े दलित बुद्धिजीवी आ प्रोफेसर दविंदर पाल सिंह भुल्लर वर्गे जिहड़े सिख कारकुन आ जिन्हां ने अपनियां सजावां पूरियां कीतियां होईयां ने पर इहदे बावजूद भी जेलां दे विच जिहड़े हैगे उह साड़े जा रहे हैगे आ। तो इन्हां मंगां नूं लै के असीं कर रहे हैगे आ कमेटियां दी चोण और 8 अप्रैल नूं जिहड़ा सियासी कैदियां दी रिहाई च उहदे विच भावें दलित कारकुन आ लेखक आ बुद्धिजीवी आ सिख कारकुन आ उह सारिआं दी रिहाई वास्ते असीं मुजाहरे कर रहे हैगे आ। तो इहदी असीं जिहड़ी हैगी आ तैयारी कर रहे हां देखो कुछ लोग है लगातार ही किसान मोर्चे के दौरान भी मोर्चे को खराब करने की कोशिश करते रहे वो लगातार ही उन्होंने जो काम ही इस तरह का है कि जेडे सरकार के खिलाफ जिहड़ियां लहरां उठ रही ने उन्होंने लीहों लाने वास्ते सरकार के हाथ ठोके बन के जोड़े है वो काम कर रहे हैं और अज उन्होंने जो गुरु घर के हुल्लड़बाजी की हैगी तो असी उन्हां दे पद्धर तक नहीं जाना चाहुंदे सी। असी हरिनौ दे विच इकाई की चोण करनी सी इकाई की चोण असी कीती हैगी आ और जो असी मुद्दियां ते लोकां नूं समझाउणा सी ओह तुहाडे सामने तुसीं देख लिया कि असी अपनी गल जिहड़ी हैगी आ ओह कह के हैगे चले आ। तो पहला ना असी दबे सी ना असी जिहड़ा दबना हैगा असी केंद्र सरकार अगे नहीं झुके तो ना ही उहदे इस तरह के जिहड़े हथ ठोके जिहड़े लोक हैगे ना असी उन्हां अगे जिहड़े हैगे आ झुकांगे जिहड़े पंजाब दे विच हर मुद्दे नूं जिहड़ा फिरकू मुद्दा जिहड़ा हैगा वो बनाना चाहते हैं। अनायतपुर के जिमें सिख तो मुसलमाना की लड़ाई बनाने की जी है वो कोशिश की हैगी कदे कोई कितने हिंदू सिख बनाने की कोशिश करता तो किरती किसान यूनियन जी भाईचारक सांझ नूं बना के रखने वास्ते और लोगों के जोड़े बुनियादी मुद्दे है आम लोगों के जोड़े बुनियादी मुद्दे है उन्होंने संघर्ष पहला भी जारी रखी सी गांह भी संघर्ष जोड़ा है वो जारी जी है वो रखूगी और लोगों के हकों उस तरह जी लड़ती रहूगी। तो इकाई की कोई मीटिंग करके इन्हों की एनुअल मीटिंग होंगी वो संबंधी आना सगा पिंड चो कुछ बंद उन्होंने प्रति कोई विरोध सेगा जिदे चलद पिंड थोड़ा जहा माहौल तनावपूर्ण होया उस चलद साढ़े नायब तहसीलदार साहब एस एच ओ साहब तो इंचार्ज स्पैशल ब्रांच तो मैं इतने आए थे तो पार्टीज़ के नाल दोवे अलग अलग टाइम के उत्ते असी कॉन्वरसेशन की है तो जरा टेंस कोई माहौल से डिफ्यूज़ किया गया साड़ी इंटरवेंशन के ना तो बाकी अजे अगे देखते हैं नहीं वो बारे नहीं कोई पता भी हो रही है कि नहीं हो रही है बट एज ऑफ नाउ हजे माहौल जोड़ा है स्टेबल आ पिंड दोनों धिर अलग अलग ने जी इस वे तो आपस में ही अपने 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 लैवल उत्ते आपस में नैगोशिएट कर रही हैं। हाँ जी हाँ जी दोनों समझाया गया All World Open Challenge 17-time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648